ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਬੋੜੇ ਵਾਲੇ ਕੰਗ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ, ਤਹਿਸੀਲ ਮਜੀਠਾ। ਡਾਕਟਰ ਸਾਹਿਬ ਕੋਲ ਆ ਚੁੱਕੇ ਜੀ। ਅੱਜ ਫਿਰ ਆਪਾਂ ਅੱਜ ਬਾਈ ਕੋਲ ਚਾਰ ਪਸ਼ੂ ਸੇਲ ਆ, ਅਤੇ ਆਉਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ, ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀਰ ਜੀ, ਰਿਕੁਐਸਟ ਕਰਾਂ, ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਨਾਲੇ ਵੀਡੀਓ ਬਹੁਤ ਸ਼ੇਅਰ ਕਰਦਿਆ ਕਰੋ। ਚਲੋ ਗਾਂ ਵੀ ਕਿਸੇ ਬੀਜ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਦੀਪ ਜੀ, ਹੋਰ ਕੀ ਹਾਲ ਜੀ? ਵਾਹ ਬਾਈ, ਤੁਸੀਂ ਸੁਣਾਓ ਜੀ? ਬਸ ਠੀਕ ਠਾਕ, ਵਧੀਆ। ਹੋਰ ਮਾੜੀ ਮਾਲ ਕੀ ਦੱਸੋ? ਚਲੋ, ਚੱਲ ਰਿਹਾ ਵਧੀਆ ਕੰਮ? ਹਾਂ, ਵਧੀਆ ਚੱਲ ਜਾਂਦਾ। ਚਲੋ ਠੀਕ ਆ। ਅੱਜ ਫਿਰ ਕਿੰਨੇ ਜੀ? ਤੇ 4 ਮਹੀਨੇ ਸੇਲ ਕਰਨੇ ਤੋਂ। ਠੀਕ ਆ, 4 ਸਹੀਆਂ ਹੀ ਆ। ਦੱਸੋ ਫਿਰ ਇਹਦੇ ਬਾਰੇ। ਇਹ ਦੂਜਾ ਸਾਲ ਸੀ ਵੀ ਘਟੀ ਆ। ਹਾਂ ਜੀ, ਸੋ ਇਹਨੂੰ ਅੱਜ 7ਵਾਂ 8ਵਾਂ ਦਿਨ ਹੈ। ਠੀਕ ਆ। ਦੁੱਧ 12 ਕਿਲੋ ਤਿਆਰ ਹੋ ਗਿਆ। 12 ਕਿਲੋ ਪੱਕਾ ਦੁੱਧ ਤਿਆਰ ਹੈ ਜੀ, ਤੋਰੋ। ਲਓ ਜੀ, ਦੇਖੋ 12 ਕਿਲੋ ਤੋਂ ਪੱਕਾ ਤਿਆਰ, ਵੱਡੀ ਝੋਟੀ ਹੈ ਨਾਲੇ। ਤੇ ਦੇਖੋ ਬੱਚਾ ਮਗਰ ਜੀ, ਕੱਟੀ ਕੱਟਾ ਕੱਟਾ ਮਗਰ ਆ। ਆਪਣੇ ਲੱਗ ਲਈਆਂ ਜੀ ਝੋਟੀਆਂ? ਠੀਕ ਆ, ਆ ਜਾਓ ਆ ਜਾਓ ਆ ਜਾਓ, ਕਮਾ ਲਿਆ ਕਰੋ। ਠੀਕ ਆ, ਹਾਂ ਨਹੀਂ, ਬਾਹਲੀ ਵੱਡੀ ਝੋਟੀ ਹੈ ਜੀ। ਅੱਛਾ, ਠੀਕ ਆ ਜੀ, ਬਸ ਠੀਕ ਆ। ਚੁਆ ਆ ਜਾਓ, ਵਧੀਆ ਜੀ ਮੇਰੇ ਕੋਲ। ਨਹੀਂ ਠੀਕ ਹੈ, ਠੀਕ ਆ ਜੀ। ਹਾਂਜੀ ਫਿਰ ਇਹ ਸੰਦੀਪ ਜੀ, ਮੁੱਲ ਭਾਵੇਂ 1 ਲੱਖ ਦੀ ਝੋਟੀ ਹੈ ਤਾਰੇ। ਹਾਂਜੀ, ਆਪਾਂ 95,000 ਦੀ ਝੋਟੀ ਦੇ ਦਾਂਗੇ। 95,000 ਦੀ? ਹਾਂਜੀ। ਕਿੰਨਾ ਮਾਨਦਾਨ? 5,000 ਹੀ ਕਰ ਦਾਂਗੇ ਮਾਨ। ਦੋ ਹੋਰ ਨਹੀਂ ਹੁੰਦਾ? ਚਲੋ ਠੀਕ ਹੈ, ਜਾਣ ਦੋ। ਬਾਕੀ ਝੋਟੀ ਇਹਨੇ 88,000 ਦੀ ਕੋਈ ਝੋਟੀ ਮਿਲਣੀ ਨਹੀਂ ਹੈ ਜੀ। ਜਾਇਜ਼ ਆ, ਜਾਇਜ਼ ਆ, ਜਾਇਜ਼ ਆ, ਜਾਇਜ਼ ਆ, ਬਿਲਕੁਲ। ਚਲੋ, ਇਹ ਵੀ ਸੂਈ ਹੈ ਜੀ? ਇਹ ਵੀ ਸੂਈ ਸੰਦੀਪ ਜੀ, ਦੂਜਾ ਸੂਆ ਸੂਈ ਜੇ। ਅੱਛਾ, ਇਹਨੂੰ ਸੂਈ ਨੇ ਵੀ ਅੱਜ ਹੱਥ ਤੱਕ ਹੋ ਗਿਆ ਜੀ। ਠੀਕ ਆ। ਦੁੱਧ ਜੀ? ਦੁੱਧ 10 ਕਿਲੋ ਤਿਆਰ ਹੈ ਜੀ। ਅੱਛਾ, ਇਹਦੀ ਕੱਟੀ ਆ? ਲਓ ਜੀ, ਇਹਦਾ ਵੀ ਲੇਬਲ ਵੇਖੋ, ਚੈੱਕ ਕਰੋ। ਆ ਵੇ, ਚੰਗੀ ਝੋਟੀ ਹੈ ਜੀ ਇਹ। ਠੀਕ ਆ, ਆ ਜਾਓ, ਲਿਆਓ ਜੀ। ਚੋਣ ਚੋ 1 ਨੰਬਰ ਦਾ ਹੋਊਗਾ। ਬਸ ਠੀਕ ਆ ਜੀ। ਨੀਲੀ ਨੂੰ ਘੱਟ ਹੀ ਲੈ ਕੇ ਆਉਂਦੇ, ਪਹਿਲਾਂ ਵਾਹਵਾ ਲੈ ਕੇ ਆਉਂਦੇ ਪਿੱਛੇ ਜੀ। ਹਾਂਜੀ, ਬਸ ਠੀਕ ਆ, ਚਲੋ। ਹਾਂਜੀ, ਇਹ ਸੰਦੀਪ ਜੀ, ਮੁੱਲ ਭਾਵੇਂ 70 ਕਰ ਲਈਏ, ਆਪਾਂ ਹਾਰ 63 ਦੀ ਦੇ ਦਾਂਗੇ। ਪੂਰੇ ਦੀ? ਪੂਰੇ 60 ਦੀ? 60 ਦੀ ਜਾਣ ਦੋ, ਠੀਕ ਹੈ, ਨਿਬੇੜੋ ਕੰਮ ਬਸ। ਚਲੋ, ਇਹ ਸੰਦੀਪ ਜੀ, ਪਹਿਲਾਂ ਸੂਆ ਝੋਟੀ ਸੂਈ ਆ? ਪਹਿਲਾ ਸੂਆ? ਹਾਂ। ਹਾਂਜੀ, ਥੋੜਾ ਭਾੜਾ ਲੈਂਦੀ ਆ। ਅੱਛਾ, ਪਹਿਲਾਂ ਆਪਾਂ ਜੇ ਚੋਣੀ ਹੈ ਨਾ? ਹਾਂਜੀ, ਪਹਿਲਾਂ ਭਾੜਾ ਪਾ ਕੇ ਥੱਲੇ ਹੱਥ ਨੂੰ ਲਾਉਣ ਦਾ ਐਡੀਸ਼ਨ ਪਸਮਣਾ। ਠੀਕ ਹੈ, ਡੁਗਣ ਲਾਣਾ ਨਾ, ਕੁਛ ਨਹੀਂ, ਹੁਣੇ ਚੁਆਈ ਕਰਨੀ ਹੈ ਜੀ। ਠੀਕ ਆ, ਬੱਚਿਆਂ ਨੂੰ ਬਾਅਦ ਚੰਗਾਈ ਦਾ। ਠੀਕ ਆ, ਤੋਰੋ ਜੀ। ਇਹ ਵੀ ਮੂੰਹ 4 ਦਿਨ ਦੀ ਝੋਟੀ ਹੈ? 4 ਦਿਨ ਝੋਟੀ ਹੈ ਜੀ। 8 ਕਿਲੋ ਤੋਂ ਬਾਹਰ ਹੋ ਗਿਆ ਥੱਲੇ? ਕੋਈ ਨਹੀਂ, ਇਹਦੇ ਨਾਲ ਕਰਦਾ ਜੀ। ਆ ਦੇਖੋ ਜੀ, ਕਰਾਂ ਜੀ, ਆ ਜਾਓ ਆ ਜਾਓ। ਅੱਛਾ, ਸੁਪਰ ਸੀਡਰ ਹੈ ਵਿੱਚੇ ਹੀ? ਹਾਂਜੀ ਜੀ, ਠੀਕ। ਉਹ ਨੱਪੀ ਜਾਂਦੇ ਨਾਲ ਨਾਲ ਉਹਨੂੰ? ਹਾਂ, ਹੋਰ ਆਪਦਾ ਲੈ ਕੇ ਨਹੀਂ ਕਿਰਾਏ ਦੇ? ਨਹੀਂ ਕਿਰਾਏ ਤੇ ਆ। ਉਹਦਾ ਕੀ ਕਿਰਾਇਆ ਚੱਲਦਾ ਜੀ? 2000 ਰੁਪਏ ਕਿੱਲੇ ਦਾ। 2000 ਕਿੱਲੇ ਹਨਾ? ਹਾਂ, ਉਹ ਆਪਣੇ ਬੰਦੇ ਸਾਂਝ ਵਾਲੇ, ਉਹਨਾਂ ਦਾ ਸਵੇਰ ਦੇ ਆਏ ਆ। ਮਨ ਹੋਊ 2-2.5 ਲੱਖ ਦਾ ਕਿ ਨਹੀਂ? ਉਹ 2-30 ਦਾ ਆਉਂਦਾ ਜੀ ਮੇਰੇ ਖਿਆਲ ਵਿੱਚ। ਸਬਸਿਡੀ ਕਿੰਨੀ ਹੈ? ਅੱਧੀ ਸਬਸਿਡੀ ਆ। ਅੱਛਾ, ਹਾਂ, ਉਹ 1-30 ਦੇ ਕੇ ਲਿਆਏ ਆ। ਠੀਕ ਆ, ਹਾਂ, ਸਬਸਿਡੀ ਸਬਸਿਡੀ ਬਾਕੀ ਘੱਟੀ ਜੀ। ਹਾਂ, ਨਾਲ ਹੀ ਕੱਟ ਕੇ ਦਿੰਦੇ ਆ? ਨਾਲ ਹੀ ਨਾਲ ਹੀ। ਜਗਜੀਤ ਵਾਲੇ ਦਾ? ਜਗਜੀਤ ਵਾਲੇ ਨੇ ਸ਼ਾਇਦ। ਹਾਂ, ਹਾਂਜੀ। ਇਹ ਸੰਦੀਪ ਜੀ, ਮੁੱਲ ਆਪਾਂ ਭਾਅ ਕਰ ਲਈਏ ਝੋਟੀ ਦਾ 62 ਕਰ ਲਈਏ, ਰੇਟ ਕਰ ਲਈਏ 60 ਦੀ ਪੂਰੇ ਵਿੱਚ ਦਾ। ਹੋਰ ਕਰ ਦਿਓ, ਤਿੰਨ ਹੀ ਕਰ ਦਿਓ, 57 ਦੀ ਐ ਪਾ ਦਿੰਦੇ ਜੀ। ਅੱਛਾ, ਬਸ ਐਂ ਹੈ ਜੀ, ਬੱਚਾ ਬਾਅਦ ਜਗਾਈ। ਮਾਰ ਲਓ, ਮਾਰ ਲਓ ਬਾਲਟੀ ਲਿਆਉਣੀ ਤਾਂ ਲਿਆ, ਬਸ ਆ ਗਈ ਨਾ। ਪਹਿਲੇ ਸੂਈ ਜਿੰਨਾ ਲਈ ਆ, ਬੱਚੇ ਦਾ ਘੱਟ ਕੀਤਾ, ਬੱਚੇ ਦਾ ਘੱਟ, ਸਹੀ ਗੱਲ ਹੈ।
जवाई बहुत बचाई है जी। बिल्कुल जी बिल्कुल सही गल ठीक है। चलो तोर हूँ माड़ा जो फिर इन लो जी देखा थम तो वेलो तो ना भाई ने दसता कि आह चक्कर वेल लो जी ठीक आ जाओ। चलो हाँ जी सतवंजा मैं होर कटा दी चल जा तो कोई नहीं बाकी कर दे मुख्य मान कर दे जी। ठीक है जी आज लिया लिया बस जाओ तो बाजी फिर इनकी कीमत लास्ट पीस हाँ जी नहीं दस दो नहीं पैंठ दी हाँ जी क्यों और करोगे ठीक है जान दो पैंठ दी चलो ठीक है वड्डी वड्डी देखो जी बच्चे आ चेक करो चवाई करके मेरे वीर हाँ बिल्कुल जी चेक करके है ना भाई जी कोई दो टाइम तेरे चवाई करके खड़ा बिल्कुल जी भाई बिल्कुल ठीक है ना 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 सही सही गल चाहिए जी बाकी दो तो जो दसा मैं वही निकलूंगा बिल्कुल जी आ जाओ नंबर बोलो नाम मेरा अवतार सिंह जी हाँ जी फोन नंबर 7745795954। सत श्री अकाल।